ਸਰਬੰਧ ਰਤਨ ਜਥੇਦਾਰ ਗੁਰਚਰਨ ਸਿੰਘ ਟੋੜਾ ਦੀ 17ਵੀਂ ਬਰਸੀ ਮੌਕੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਤਰਫੋਂ ਸ਼ਰਧਾ ਸੁਪਨ ਭੇਟ ਕਰਨ ਪੁੱਜੇ ਕੈਪਟਨ ਮੰਤਰੀ ਸਰਦਾਰ ਸਾਧੂ ਸਿੰਘ ਧਰਮਸੋਤ ਪਿੰਡ ਟੋੜਾ ਵਿਖੇ ਪਰਿਵਾਰ ਦੇ ਮੈਂਬਰਾਂ ਸਾਬਕਾ ਲੋਕ ਨਿਰਮਾਣ ਮੰਤਰੀ ਸਰਦਾਰ ਹਰਮੇਲ ਸਿੰਘ ਟੋੜਾ ਮੈਂਬਰ ਸ਼੍ਰੋਮਣੀ ਕਮੇਟੀ ਬੀਬੀ ਕੁਲਦੀਪ ਸਿੰਘ ਟੋੜਾ ਸਰਦਾਰ ਹਰਿੰਦਰਪਾਲ ਸਿੰਘ ਟੋੜਾ ਅਤੇ ਹੋਰਨਾਂ ਨਾਲ ਨਜ਼ਰ ਆ ਰਹੇ ਹਨ। ਸਰਦਾਰ ਸਾਧੂ ਸਿੰਘ ਧਰਮਸੋਤ ਨੇ ਇਸ ਮੌਕੇ ਕਿਹਾ ਕਿ ਜਿਸ ਸਬਰ ਅਤੇ ਸੰਤੋਖ ਨਾਲ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੋੜਾ ਨੇ ਆਪਣੀਆਂ ਲੋੜਾਂ ਨੂੰ ਸੀਮਿਤ ਰੱਖ ਕੇ ਪੰਥ ਅਤੇ ਮਾਨਵਤਾ ਦੀ ਸੇਵਾ ਕੀਤੀ ਹੈ, ਉਹ ਅੱਜ ਵੀ ਆਪਣੇ ਇਸ ਸਾਦੇਪਨ ਲਈ ਯਾਦ ਕੀਤੇ ਜਾਂਦੇ ਹਨ। ਉਹਨਾਂ ਕਿਹਾ ਕਿ ਸਾਨੂੰ ਵੀ ਉਹਨਾਂ ਦੇ ਪਦ ਚਿੰਨ੍ਹਾਂ 'ਤੇ ਚੱਲਦੇ ਹੋਏ ਨਿਰਸਵਾਰਥ ਪੂਰਵਕ ਮਾਨਤਾ ਦੀ ਸੇਵਾ ਕਰਨ ਦਾ ਪ੍ਰਣ ਲੈਣਾ ਚਾਹੀਦਾ ਹੈ। ਨਾਭਾ ਤੋਂ ਤਰੁਣ ਮਹਿਤਾ ਦੀ ਰਿਪੋਰਟ। ਸਵਰਗਵਾਸੀ ਜਥੇਦਾਰ ਗੁਰਚਰਨ ਸਿੰਘ ਟੋੜਾ ਸਾਹਿਬ ਦੀ ਅੱਜ ਬਰਸੀ ਹੈ, ਸਾਲਾਨਾ ਹਰ ਸਾਲ ਮਨਾਈ ਜਾਂਦੀ ਹੈ। ਇਸ ਸਾਲ ਵੀ ਭਾਵੇਂ ਕੋਵਿਡ ਦੀ ਬਿਮਾਰੀ ਪੂਰੀ ਦੁਨੀਆ 'ਚ ਫੈਲੀ ਹੋਈ ਹੈ ਔਰ ਇਕੱਠ ਤਾਂ ਨਹੀਂ, ਪਰ ਪੰਜਾਬ ਸਰਕਾਰ ਵੱਲੋਂ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਹਮੇਸ਼ਾ ਟੋੜਾ ਸਾਹਿਬ ਦਾ ਸਤਿਕਾਰ ਜਿੱਥੇ ਕੀਤਾ, ਉਹਨਾਂ ਦੀ ਜਾਣ ਤੋਂ ਬਾਅਦ ਅੱਜ ਵੀ ਉਹਨਾਂ ਦਾ ਸਤਿਕਾਰ ਕਾਇਮ ਹੈ ਔਰ ਪੰਜਾਬ ਸਰਕਾਰ ਵੱਲੋਂ ਮੇਰੀ ਇੱਥੇ ਖਾਸ ਡਿਊਟੀ ਲਗਾਈ ਗਈ ਕਿ ਉਹਨਾਂ ਦੀ ਜੋ ਸਾਲਾਨਾ ਸਮਾਗਮ ਹੈ, ਭਾਵੇਂ ਪਰਿਵਾਰਕ ਛੋਟਾ ਸਮਾਗਮ ਹੈ, ਉਹਨਾਂ ਨੂੰ ਯਾਦ ਕਰਦਿਆਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਆਇਆ ਔਰ ਇਹ ਵੀ ਅੱਜ ਦੇ ਉਹਨਾਂ ਦੇ ਦਿਨ 'ਤੇ ਇਹੀ ਕਹਾਂਗਾ ਕਿ ਉਹਨਾਂ ਦੀ ਬਰਸੀ 'ਤੇ ਜਿੰਨਾ ਸਬਰ ਔਰ ਸੰਤੋਖ ਦੇ ਨਾਲ ਮਾਨਵਤਾ ਲਈ ਆਪਣੀਆਂ ਲੋੜਾਂ ਨੂੰ ਸੀਮਿਤ ਰੱਖ ਕੇ ਪੋਲੀਟਿਕਸ ਔਰ ਦੁਨੀਆ ਦੀ ਸੇਵਾ ਕੀਤੀ ਹੈ, ਦੇਸ਼ ਭਰ ਦੀ ਪੰਥ ਦੀ, ਪੰਥ ਰਤਨ ਉਹਨਾਂ ਨੂੰ ਕਿਹਾ ਗਿਆ। ਪੰਥ ਰਤਨ ਇੱਕ ਬਹੁਤ ਵੱਡੀ ਗੱਲ ਹੈ। ਅੱਜ ਵੀ ਸਾਨੂੰ ਉਹਨਾਂ ਦੇ ਪਦ ਚਿੰਨ੍ਹਾਂ 'ਤੇ ਚੱਲ ਕੇ ਉਹਨਾਂ ਦੀਆਂ ਸਿੱਖਿਆ ਲੈ ਕੇ ਸਬਰ ਸੰਤੋਖ ਨਾਲ ਆਪਣੀਆਂ ਲੋੜਾਂ ਸੰਜਮ 'ਚ ਆਪਣੀਆਂ ਲੋੜਾਂ ਸੀਮਿਤ ਰੱਖ ਕੇ ਔਰ ਸਾਦੇ ਪੁਣ ਦੇ ਰਾਹੀਂ ਲੋਕਾਂ 'ਚ ਵਿਚਰ ਕੇ ਲੋਕਾਂ ਦੀ ਸੇਵਾ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।